ਅਸਲਾਮੁਅਲੈਕਮ ਕਿਵਾਲੇ ਸੋਡਾ ਠੀਕ ਹੋ ਖਰੀਅਤ ਤੇ ਬੜੀ ਸੋਹਣੀ ਨਵੀਂ ਤੇ ਪਹਿਲੀ ਵੀਡੀਓ ਸ਼ਿਕਾਰ ਦੇ ਸੀਜ਼ਨ ਦੀ ਪਹਿਲੀ ਵੀਡੀਓ ਲੈ ਕੇ ਆਇਆ ਤੁਹਾਡੇ ਹਾਸਤੇ ਅਸੀਂ ਅੱਜ ਜੋ ਸਵਾਸਾ ਜੋ ਟਕਾਣਾ ਬਈ ਕੁੱਤੇ ਨਸਨੇ ਕਿਉਂ ਤੇ ਫਿਰ ਕੁੱਤਿਆਂ ਪਿੱਛੇ ਖਰਗੋਸ਼ਾਂ ਪਿੱਛੇ ਕੁੱਤੇ ਪਿੱਛੇ ਨਹੀਂ ਖਰਗੋਸ਼ਾਂ ਪਿੱਛੇ ਕੁੱਤੇ ਕਹੀਂ ਲਾਇਵ ਹਨਨ ਸੋ ਇਸ ਵੀਡੀਓ ਵਿੱਚ ਅਸਾਂ ਤਕਾਣਾ ਤੁਸਾਂ ਕੋਈ ਵੀਡੀਓ ਦਾ ਹਿੱਸਾ ਮਿਸ ਨਹੀਂ ਕਰਨਾ ਠੀਕ ਹੋ ਗਿਆ ਤੁਸਾਂ ਅੱਜ ਅਸਾਂ ਤਕਾਣੀ ਵਿੱਚ ਕੁੱਤੇ ਦੀ ਇਹ ਜੀ ਫੜੋ ਕੋ ਭਾਈ ਤੁਸੀਂ ਆਖੋ ਭਾਈ ਵਾਕਿਆ ਤਾਜ਼ੀਆਂ ਕੁੱਤਿਆਂ ਨਸ ਕੇ ਦਸਿਆ ਐ ਮਲਕ ਜ਼ਫੀਰ ਜਾ ਰਿਹਾ ਆਪਣਾ ਕੁੱਤਾ ਨਪ ਕੇ ਤੁਸੀਂ ਫੁੱਲ ਤਿਆਰੀ ਵਿੱਚ ਉਹ ਸਾਰੇ ਕੁੱਤੇ ਸਵਾ ਬਕਾਇਦਾ ਐ ਸਈਦ ਇਲਤਾਫ ਸ਼ਾਹਰਿਨ ਇਨਾਂ ਦਾ ਕੁੱਤਾ ਐ ਬਾਬੇ ਸੇਨੂ ਦੀ ਵੀ ਕੁੱਤੀ ਠੀਕ ਐ ਨਹੀਂ ਕੁੱਤਾ ਇਨਾਂ ਦਾ ਵੀ ਠੀਕ ਐ ਹੁਣ ਸਵਾ ਅਸਾਂ ਤਕਾਣਾ ਬਈ ਜਿਸ ਟਾਈਮ ਖਰਗੋਸ਼ ਨਸਣਾ ਤੇ ਫਿਰਨਾ ਕੁੱਤਿਆਂ ਕੀ ਕਰਨਾ ਫਿਲਹਾਲ ਤੇ ਹੱਥੇ ਚ 90 ਵਨ ਕੁੱਤੇ ਕੁੱਤੇ ਦਾ ਪਤਾ ਤਾਂ ਲੱਗ ਸੀ ਜਿਸ ਟਾਈਮ ਖਰਗੋਸ਼ ਅੱਗੇ ਹੋ ਸੀ ਤੇ ਕੁੱਤਾ ਪਿੱਛੇ ਹੋ ਸੀ ਠੀਕ ਹੋ ਗਿਆ ਫੇਰ ਪਤਾ ਲੱਗ ਸੀ ਬਾਈ ਕੁੱਤਾ ਕਿ ਕਰਨਾ ਕਿ ਜੰਪ ਕੱਢਣਾ ਕਿ ਜਿਹੜਾ ਫੁਲਾਈਆਂ ਤੂੰ ਛਲਾਂਗੀ ਮਰਨਾ ਤੇ ਕਿਹੜੇ ਡੱਬਿਆਂ ਤੂੰ ਛਲਾਂਗੀ ਮਰਨਾ ਤੁਸੀਂ ਇਸ ਵੀਡੀਓ ਚ ਸਤ ਤੱਕਣਾ ਤੇ ਨਾਲ ਨਾਲ ਲੋ ਅਸੀਂ ਜਿਹੜਾ ਚੈੱਕ ਪੈਕ ਕਰਨੇ ਆ ਕਿ ਪਤਾ ਕਿਹੜੀ ਬੁਛੜੀ ਨਾਲੂੰ ਖਰਗੋਸ਼ ਨਸ ਪਵੇ ਤੇ ਕੁੱਤਿਆਂ ਜਾਈਓ ਤੇ ਛੋੜਨਾ ਪਵੇ ਫਿਲਹਾਲ ਪੋਲਾ ਪੋਲਾ ਸੀ ਟਰਨੇ ਨਾ ਪਏ ਐਸੋਂ ਸਿਰਫ ਤਕੈਨੇ ਪਏ ਅਬ ਅਸੀਂ ਹਾਂਡ ਪੈ ਮਰੇ ਨਹੀਂ ਆ ਤੇ ਐਸੋਂ ਨਜ਼ਰ ਆ ਰੀਆਂ ਕਸੀਆਂ ਬੜੀਆਂ ਵਾਨ ਅਮੂਮ ਜਿਹੜੇ ਅੱਜਕੱਲ ਦੇ ਖਰਗੋਸ਼ ਹੋਣ ਦਪਾਂਤੇ ਥੋੜੀ ਜੀ ਹੁਣ ਠੰਡ ਪੈ ਗਈ ਨਾ ਥੋੜਾ ਜਾ ਐ ਜਿੱਥੇ ਸਵੇਰ ਸਵੇਰ ਚਟਕਾ ਲਗਣਾ ਹੂ ਸੀ ਉਥੇ ਐ ਤੱਕ ਕਹਨੇ ਵੱਡੇ ਸ਼ਿਕਾਰੀ ਜਾਣ ਨੇ ਬਈ ਖਰਗੋਸ਼ ਦੀ ਜਗਾ ਕਿਹੜੀ ਤੇ ਖਰਦੋ ਗਰਗੋਸ਼ ਕਿਹੜੀ ਜਾਈ ਸਵਾਨ ਨਜ਼ਰ ਆਉ ਸੀ ਸਮਝ ਆ ਗਈ ਬਿਲਕੁਲ ਡੰਡੇ ਚਾਏ ਵੈਨ ਕੁੱਤੇ ਨਾ ਹੱਥੇ ਵਿੱਚ ਨੱਪੇ ਵੈਨ ਜੋਈ ਸਾਇ ਨਿਕਲਣਾ ਤਾਂ ਕਹਨੇ ਨਿਕਲਨੇ ਕੀ ਵੀ ਸ਼ਿਕਾਰੀ ਸਵਾ ਅੱਗੇ ਪਿੱਛੇ ਨਜ਼ਰ ਆ ਰਹਾ ਉਸਨ ਆਪਣੇ ਆਪਣੇ ਕੁੱਤੇ ਡੌਗੀ ਨੱਪ ਕੇ ਫੇਰ ਰਹਣੋ ਤੇ ਹੁਣ ਅਸਾਂ ਤਕਣਾਵੇਂ ਬਾਈ ਜਿਸ ਟਾਈਮ ਉਹ ਸਾਇਤਨ ਨਸਣਾ ਤੇ ਉਸ ਜੜਾ ਨਾ ਫਿਰ ਕੀ ਕਰਨਾ ਹਾਂ ਬਿਲਕੁਲ ਥੋੜੀ ਜੀ ਦੇਰ ਤੋਂ ਬਾਅਦ ਸਵਾ ਅਸਾਂ ਸ਼ਗਲ ਤਕਣਾ ਬਿਲਕੁਲ ਜਾਈ ਪਜਾਈ ਸ਼ਿਕਾਰੀ ਆਪਣੇ ਆਪਣੇ ਜੜਾ ਨਾ ਉਹ ਮੌਲ ਵਿੱਚ ਖੱਲੇ ਵੈ ਡੰਡੇ ਨਾਲ ਕੋਈ ਲੈਣਾ ਪਿਆ ਕੋਈ ਪੈਰੇ ਨਾਲ ਲੈਣਾ ਪਿਆ ਭਾਈ ਕਿਹ ਪਤਾ ਕਿਹੜੀ 부ਛੜੀ ਨਾਲੂੰ ਖਰਗੋਸ਼ ਨਸੇ ਤੇ ਅਸੀਂ ਪੜਸੋਂਾਂ ਤੱਕ ਆਈਏ ਭਾਈ ਕੁੱਤੇ ਕੇ ਪਕ ਕਰ ਰਹੇ ਤੇ ਖਰਗੋਸ਼ ਕੇ ਪਕ ਕਰਨਾ ਥੋੜੀ ਦੇਰ ਪਹਿਲੇ ਅਸਾਂ ਵੀਡੀਓ ਇਹ ਥੋੜੀ ਅਸਾਂ ਪਿਛੇ ਲਾਈ ਤੁਸੀਂ ਚੈੱਕ ਕਰਸੋ ਭਾਈ ਖਰਗੋਸ਼ਾਂ ਪਿੱਛੇ ਅਸੀਂ ਨਸ ਰਹੇ ਆ ਫਿਰ ਰਹੇ ਆ ਖਰਗੋਸ਼ ਦੂੜ ਰਹੇ ਆ ਤੇ ਲੂੰਬੜ ਅਗੂ ਟੁਰਦਾ ਇਹ ਮਲਕਬੈਦ ਸਾਹਿਬ ਜਾ ਰਹੇ ਨੇ ਇਹ ਵੀ ਤੱਕ ਰਹੇ ਬਹੁ ਮਾਸਟਰ ਹੁਣ ਸ਼ਿਕਾਰ ਦੇ ਲੱਗੇ ਪੈ ਡੰਡਾ ਚਾਹਵਾ ਕਦੀ ਕਿਹੜੀ ਖੁਡਾਂ ਚ ਕਦੀ ਕਿਹੜੀ ਬੁਛੜੀ ਭਾਈ ਸਾਇਦਾ ਪਤਾ ਕੋ ਨਹੀਂ ਕਿਹੜੀ ਜਾਈਓ ਜਿਹੜਾ ਨਾ ਮਰ ਗਿਆ ਕਰ ਦੇਨ ਤੇ ਖਰਗੋਸ਼ ਬਿਲਕੁਲ ਆਪਣੀ ਸਪੀਡ ਨਾ ਪਵੰਝੇ ਠੀਕ ਹੈ ਐ ਪਰ ਮਲੋਕਾ ਦੀ ਵੀ ਆਪਣਾ ਡੱਬਾ ਕੁੱਤਾ ਨੱਪ ਕੇ ਜਿਹੜਾ ਨਾ ਨਾਲ ਨਾਲ ਜਾ ਰਿਹਾ ਠੀਕ ਹੋ ਗਿਆ ਨਾ ਹੈ ਜਿਹੜੇ ਹੁਣ ਸਾਈਡਾਂ ਤੇ ਪਟੀਆਂ ਤੇ ਉਰੇ ਕਿਕਰੀਆਂ ਨਾਲ ਇਹ ਦਬ ਠੀਕ ਹੈ ਤੇ ਤਕਨੀਆ ਬਈ ਕਿਹੜੇ ਪਲੂ ਖਰਗੋਸ਼ ਹਲਾ ਕਰੇ ਸੀ